ਸਿੱਧਿਆ ਜੰਪਗ ਸਿੰਘ ਨੂੰ ਕਦੇ ਵੀ ਇਹ ਚਿੰਤਾ ਨਹੀਂ ਸੀ ਕਿ ਯਾਦੀ ਆਊਗੀ ਜਾਂ ਨਾ ਉਹਨਾਂ ਨੂੰ ਚਿੰਤਾ ਇਹ ਹੀ ਸੀ ਕਿ ਯਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ ਜਾਊਗਾ ਉਹ ਚਿੰਤਾ ਵੀ ਉਹਨਾਂ ਦੀ ਸਹੀ ਸਾਬਤ ਹੋਈ ਹੈ ਸਾਨੂੰ ਉਹਨਾਂ ਅੰਗਰੇਜ਼ਾਂ ਨੇ ਨਹੀਂ ਲੁੱਟਿਆ ਜਿਨ੍ਹਾਂ ਸਾਨੂੰ ਆਪਣੇਆਂ ਨੇ ਲੁੱਟ ਲਿਆ ਸੋ ਇਹ ਲੁੱਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਬੰਦ ਕਰ ਰਹੀ ਹੈ ਤੁਸੀਂ ਦੇਖਦੇ ਹੋਵੋਗੇ ਹਰ ਰੋਜ਼ ਕਰਪਸ਼ਨ ਦੇਗੇਸ਼ ਐਕਸ਼ਨ ਹੁੰਦੇ ਨੇ ਬੜੇ ਬੜੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਤਾਂ ਕਾਨੂੰਨ ਤੋਂ ਬਾਹਰ ਆ ਕਾਨੂੰਨ ਦੇ ਦਾਇਰੇ ਤੋਂ ਬਾਹਰ ਆ ਉਹ ਅੱਜ ਕੱਲ੍ਹ ਜਮਾਨਤਾ ਲਾਉਂਦੇ ਫਿਰਦੇ ਆ ਭਾਵੇਂ 5 ਸਾਲ ਪਹਿਲਾਂ ਲੁੱਟਿਆ ਭਾਵੇਂ 10 ਸਾਲ ਪਹਿਲਾਂ ਲੁੱਟਿਆ ਭਾਵੇਂ 15 ਸਾਲ ਪਹਿਲਾਂ ਲੁੱਟਿਆ ਜਿਨੇ ਵੀ ਪੰਜਾਬ ਦਾ 1 ਰੁਪਈਆ ਵੀ ਲੁੱਟਿਆ ਉਹਦਾ ਹਿਸਾਬ ਹੋਊਗਾ ਬਿਲਕੁਲ ਹਿਸਾਬ ਹੋਊਗਾ ਕਿਉਂਕਿ 3 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਕਿਵੇਂ ਚੜ ਗਿਆ ਕਰਜ਼ਾ ਸਮਝ ਨਹੀਂ ਆਉਂਦੀ ਨਾ ਤਾਂ ਕੋਈ ਸਕੂਲ ਬਣਾਇਆ ਚਲ ਮੰਨ ਲੈਂਦੇ ਸਕੂਲ ਬਣਾਤੇ ਸਰਕਾਰੀ ਕਰਜ਼ਾ ਚੜ ਗਿਆ ਨਾ ਕੋਈ ਸਰਕਾਰੀ ਕਾਲਜ ਬਣਾਇਆ ਨਾ ਕੋਈ ਯੂਨੀਵਰਸਿਟੀ ਬਣਾਈ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਨੌਕਰੀ ਦਿੱਤੀ ਕਰਜ਼ਾ ਕਿਵੇਂ ਚੜ ਗਿਆ ਹੁਣ ਪਤਾ ਲੱਗਿਆ ਨਾ ਕਿ ਕਰਜ਼ਾ ਇਹਨਾਂ ਨੇ ਆਪ ਦਾ ਲਾ ਕੇ ਪੰਜਾਬ ਤੇ ਚੜਾਤਾ ਤੇ ਹੁਣ ਉਹ ਹੌਲੀ ਹੌਲੀ ਵਾਪਸ ਖਜ਼ਾਨੇ ਵੱਲ ਨੂੰ ਮੂੰਹ ਕੀਤਾ ਹੋਇਆ ਉਹਨਾਂ ਨੇ ਲੁਟੇਰਿਆਂ ਤੋਂ ਪੈਸੇ ਵਾਪਸ ਲੈ ਕੇ ਉਹਨਾਂ ਦਾ ਮੂੰਹ ਜਿਹੜਾ ਹੈ ਉਹ ਖਜ਼ਾਨੇ ਵੱਲ ਨੂੰ ਹੋਊਗਾ ਖਜ਼ਾਨੇ ਚੋਂ ਮੁਹੱਲਾ ਕਲੀਨ ਕੰਦੇ ਰੂਪ ਚ ਸਕੂਲਾਂ ਦੇ ਰੂਪ ਚ ਬਿਜਲੀ ਫਰੀ ਦੇ ਰੂਪ ਚ ਤੁਹਾਡੇ ਕੋਲੇ ਆਊਗਾ ਆਮ ਜਨਤਾ ਕੋਲੇ ਆਊਗਾ। ਇਹ ਹੀ ਸਾਡਾ ਮੌਟੇ